ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਪ੍ਰੈਸ 'ਚ ਮੈਨੂੰ ਕਿਉਂ ਆਉਣਾ ਪਿਆ ਮੀਡੀਆ ਦੇ ਸਾਹਮਣੇ, ਉਹ ਮੈਂ ਅੱਜ ਤੜਕੇ ਦੀ ਤਕਰੀਬਨ ਸਾਰੇ ਜਿਹੜੇ ਚੈਨਲ ਨੇ ਖਬਰਾਂ ਵਾਲੇ ਉਹਨਾਂ 'ਤੇ ਇੱਕ ਆਹ ਖਬਰ ਜਿਹੜੀ ਸਵੇਰ ਦੀ ਚੱਲ ਰਹੀ ਹੈ, ਪਹਿਲਾਂ ਮੈਂ ਤੁਹਾਨੂੰ ਇਹ ਖਬਰ ਸੁਣਾ ਦਿੰਦਾ, ਫਿਰ ਆਪਣੀ ਗੱਲਬਾਤ ਅੱਗੇ ਸ਼ੁਰੂ ਕਰਾਂਗੇ। ਅਗਰ ਨੈਸ਼ਨਲ ਹਾਈਵੇ ਬਣਾਉਣ ਵਾਲੇ ਠੇਕੇਦਾਰਾਂ ਨੂੰ ਜਾਨ ਤੋਂ ਖਤਰਾ ਹੈ। ਜੰਮੂ ਦਿੱਲੀ ਕਟੜਾ ਨੈਸ਼ਨਲ ਹਾਈਵੇ ਦਾ ਮਾਮਲਾ ਸਾਹਮਣੇ ਆਇਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਇੰਜੀਨੀਅਰਾਂ ਨੂੰ ਸ਼ਰਿਆ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇ। ਜਿੰਦਾ ਸਾੜਨ ਦੀ ਧਮਕੀ ਜਿਹੜੀ ਦਿੱਤੀ ਗਈ ਹੈ, ਉਹ ਮਾਫੀਆ ਤੇ ਰੋਕ ਨੇ ਪਿੰਡ ਦੇ ਲੋਕਾਂ ਨੇ ਕਰਮਚਾਰੀਆਂ ਨੂੰ ਕੁੱਟਿਆ, ਅਜਿਹੇ ਇਲਜ਼ਾਮ ਲਾਏ ਗਏ ਨੇ। ਡੀਜੀਪੀ ਨੂੰ ਲੈਟਰ ਲਿਖੀ ਗਈ ਹੈ, ਤਤਕਾਲ ਐਫਆਈਆਰ ਦੇ ਹੁਕਮ ਦੇ ਦਿੱਤੇ ਗਏ ਨੇ। ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਦੇ ਠੇਕੇਦਾਰਾਂ ਨੂੰ ਜਲਦ ਤੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਅੰਮ੍ਰਿਤਸਰ ਤੋਂ ਪਟਨਾ ਐਕਸਪ੍ਰੈਸ ਵੇ। ਸੋ ਇਹ ਜਿਹੜੀ ਖਬਰ ਤੜਕੇ ਦੀ ਸਾਰੇ ਚੈਨਲਾਂ ਤੇ ਚੱਲ ਰਹੀ ਹੈ ਕਿ ਲੱਖਾ ਸਿੰਘ ਸਧਾਣਾ ਵੱਲੋਂ ਜਿਹੜੇ ਠੇਕੇਦਾਰ ਨੇ, ਜਿਹੜੀਆਂ ਸੜਕਾਂ ਹਾਈਵੇ ਬਣ ਰਹੇ ਆ ਪੰਜਾਬ 'ਚ, ਉਹਨਾਂ ਨੂੰ ਜਾਨੋ ਮਾਰਨ ਦੀ ਧਮਕੀ, ਉਹਨਾਂ ਨੂੰ ਅੱਗ ਲਾ ਕੇ ਸਾੜਨ ਦੀ ਧਮਕੀ, ਤੇ ਉਹਨਾਂ ਨੇ ਕੋਈ ਚਿੱਠੀ ਲਿਖੀ ਹੈ ਜਿਹੜੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ, ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਨੇ ਡੀਜੀਪੀ ਨੂੰ ਕਿ ਇਹਦੇ ਤੇ ਤੁਰੰਤ ਜਿਹੜੀ ਉਹ ਕਾਰਵਾਈ ਕੀਤੀ ਜਾਵੇ। ਮੈਨੂੰ ਇਹ ਖਬਰਾਂ ਤੋਂ ਪਤਾ ਲੱਗਦਾ ਵੀ ਲੱਖਾਂ ਕਿਸੇ ਨੂੰ ਸਾੜਨ ਗਿਆ, ਕਿਸੇ ਨੂੰ ਮਾਰਨ ਗਿਆ, ਕਿਸੇ ਨੂੰ ਧਮਕੀ ਦੇਣ ਗਿਆ। ਸਰਕਾਰ ਖੇਡ ਕੀ ਖੇਡ ਰਹੀ ਆ? ਜਿਵੇਂ ਲੱਖੇ ਦੇ ਉੱਤੇ ਇੱਕ ਪਰਚਾ ਦਿੱਤਾ ਗਿਆ ਅੱਜ ਤੋਂ 2 ਸਾਲ ਪਹਿਲਾਂ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪੱਤਣ ਥਾਣੇ, ਕਿ ਲੱਖਾ ਚਿੱਟਾ ਵੇਚਦਾ, ਲੱਖੇ ਦੇ ਸੰਬੰਧ ਪਾਕਿਸਤਾਨ ਦੀਆਂ ਏਜੰਸੀਆਂ ਨਾਲ, ਲੱਖੇ ਦੇ ਸੰਬੰਧ ਕਿਸੇ ਕੋਈ ਕੈਨੇਡਾ ਬੈਠੇ ਕਿਸੇ ਗੈਂਗਸਟਰ ਨਾਲ ਆ, ਤੇ ਲੱਖਾ ਉੱਥੋਂ ਚਿੱਟਾ ਵੀ ਵੇਚਦਾ ਤੇ ਲੱਖਾ ਜਿਹੜਾ ਹਥਿਆਰਾਂ ਦੀ ਤਸਕਰੀ ਵੀ ਕਰਦਾ। ਇਹ ਪਰਚਾ ਲੱਖੇ ਦੇ ਹੁੰਦਾ ਤੇ ਲੱਖੇ ਨੂੰ ਘੱਟੋ ਘੱਟ 20 ਦਿਨਾਂ ਬਾਅਦ, ਜਦੋਂ ਕੋਈ ਉੱਥੇ ਗੱਲ ਨਿਕਲ ਕੇ ਆਉਂਦੀ ਹੈ ਗਾਹਾਂ ਦੀਆਂ, ਫਿਰ ਪਤਾ ਲੱਗਦਾ 20 ਦਿਨ ਪਹਿਲਾਂ ਲੱਖੇ ਤੇ ਇੱਕ FIR ਦਰਜ ਹੋ ਚੁੱਕੀ ਹੈ। ਹੁਣ ਇਹ ਮੇਰੇ ਤੇ ਜਿਹੜੀ ਖਬਰ ਚੱਲ ਰਹੀ ਹੈ ਤੜਕੇ ਦੀ, ਲੱਖਾ ਕਿਸੇ ਠੇਕੇਦਾਰ ਨੂੰ ਸਾੜਨ ਦੀਆਂ ਧਮਕੀਆਂ ਦੇ ਕੇ ਗਿਆ, ਲੱਖਾ ਕਿਸੇ ਨੂੰ ਮਾਰਨ ਦੀ ਧਮਕੀ ਦੇ ਕੇ ਗਿਆ, ਕੋਈ ਤਾਂ ਲੱਖੇ ਦੀ ਰਿਕਾਰਡਿੰਗ ਹੋਊਗੀ, ਕਿਸੇ ਨੇ ਲੱਖੇ ਨੂੰ ਫੋਨ ਕੀਤਾ ਹੋਊਗਾ, ਜਾਂ ਲੱਖਾ ਕਿਤੇ ਗਿਆ ਹੋਊਗਾ, ਉਹਦੀ ਕੋਈ CCTV ਹੋਊਗੀ, ਕੋਈ ਰਿਕਾਰਡ, ਕੁਛ ਨਾ ਕੁਛ ਤਾਂ ਕੋਈ ਫੋਟੋ, ਕੋਈ ਨਾ ਕੋਈ ਤਾਂ ਸਬੂਤ ਤੱਥ ਕੋਈ ਹੁੰਦਾ ਹੀ ਹੈ। ਪਰ ਇਹ ਜਿਹੜਾ ਜਿਹੜੀ ਸਾਜਿਸ਼ ਜਾਂ ਜਿਹੜੀ ਮੈਂ ਕਹੂੰਗਾ ਨੀਤੀ ਸਰਕਾਰ ਖੇਡ ਰਹੀ ਆ ਨਾ, ਵੀ ਜਦੋਂ ਵੀ ਮੈਂ ਕੋਈ ਪੰਜਾਬ ਦੇ ਅਹਿਮ ਮੁੱਦੇ ਦੇ ਉੱਤੇ ਗੱਲ ਕਰਨ ਆਉਣਾ, ਜਾਂ ਕੋਈ ਅਹਿਮ ਮੁੱਦੇ ਨੂੰ ਮੈਂ ਛੇੜਦਾ, ਜਾਂ ਅਹਿਮ ਮੁੱਦੇ ਦੇ ਉੱਤੇ ਅਸੀਂ ਕੋਈ ਲਾਮਬੰਦੀ ਕਰਦੇ ਹਾਂ, ਉਹਦੇ ਸਰਕਾਰ ਕਿਸੇ ਵੀ ਤਰੀਕੇ ਨਾਲ ਮੈਨੂੰ ਘੇਰਨ ਦਾ ਯਤਨ ਕਰਦੀ ਹੈ। ਹੁਣ ਸਾਡਾ ਮੁੱਦਾ ਚੱਲ ਰਿਹਾ ਬੁੱਢੇ ਦਰਿਆ ਨੂੰ ਬੰਨ ਮਾਰਨ ਦਾ। 24 ਅਗਸਤ ਨੂੰ ਅਸੀਂ ਇੱਕ ਰੋਹ ਮਾਰਚ ਰੱਖਿਆ ਲੁਧਿਆਣੇ ਦੇ ਵਿੱਚ, ਵੇਰਕਾ ਪਲਾਂਟ ਤੋਂ ਲੈ ਕੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਬੁੱਤ ਤੱਕ। 15 ਸਤੰਬਰ ਤੱਕ ਸਰਕਾਰ ਨੂੰ ਸਾਡਾ ਅਲਟੀਮੇਟਮ ਹੈ ਵੀ ਜਾਂ ਤਾਂ ਹੱਲ ਕਰ ਦਿਓ ਜਿਹੜੀਆਂ 11 ਡਾਇੰਗ ਫੈਕਟਰੀਆਂ ਪਾ ਰਹੀਆਂ ਨੇ ਸਤਲੁਜ ਤੇ, ਨਹੀਂ 15 ਸਤੰਬਰ ਤੱਕ ਅਸੀਂ ਇਹ 11 ਬੰਦ ਕਰ ਦੇਣੀਆਂ। ਉਦੋਂ ਪਹਿਲਾਂ ਮੈਨੂੰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਲਿਜਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਤੇ ਮੈਨੂੰ ਮੀਡੀਆ ਤੇ ਪਤਾ ਲੱਗਦਾ ਤੇ ਮੀਡੀਆ ਦੇ ਉੱਤੇ ਮੈਂ ਹੈਰਾਨ ਹਾਂ ਕਿ ਮੀਡੀਆ ਮੇਰਾ ਕੋਈ ਵਰਸ਼ਨ ਲਏ ਬਿਨਾਂ, ਮੇਰੀ ਕੋਈ ਗੱਲ ਸੁਣੇ ਬਿਨਾਂ, ਮੇਰਾ ਕੋਈ ਜਵਾਬ ਲਏ ਬਿਨਾਂ ਚਲਾ ਰਿਹਾ, ਮੈਨੂੰ ਭੂ ਮਾਫੀਆ ਵੀ ਬਣਾ ਰਿਹਾ। ਦੇਖੋ ਮੀਡੀਆ ਦੇ ਵਿੱਚ ਭੂ ਮਾਫੀਆ ਬੋਲਿਆ ਜਾ ਰਿਹਾ, ਤੁਸੀਂ ਵੀ ਸਾਰੇ ਮੀਡੀਆ ਵਾਲੇ ਖੜੇ ਹੋ। ਮੈਂ ਤੁਹਾਨੂੰ ਵੀ ਗੱਲ ਪੁੱਛਣਾ ਚਾਹੁੰਦਾ ਵੀ ਜਦੋਂ ਕਿਸੇ ਬੰਦੇ ਦੇ ਖਿਲਾਫ਼ ਕੋਈ ਇਲਜ਼ਾਮ ਲੱਗਦਾ, ਤੁਸੀਂ ਉਸ ਬੰਦੇ ਦਾ ਪੱਖ ਵੀ ਜਾਣਦੇ ਹੋ ਵੀ ਭਾਈ ਤੁਹਾਡੇ ਉੱਤੇ ਆਹ ਇਲਜ਼ਾਮਬਾਜ਼ੀ ਹੋਈ ਆ, ਤੁਹਾਡੇ ਉੱਤੇ ਆਹ ਖਬਰ ਚੱਲ ਰਹੀ ਆ, ਤੁਹਾਡੇ ਕਿਸੇ ਬੰਦੇ ਨੇ ਆ ਕੇ ਆਹ ਤੁਹਾਡੇ ਦਾ ਇਲਜ਼ਾਮ ਲਾ, ਤੁਹਾਡਾ ਕੀ ਕਹਿਣਾ? ਮੈਨੂੰ ਪਤਾ ਤੱਕ ਨਹੀਂ ਹੈਗਾ ਕਿ ਇਹ ਖਬਰਾਂ ਚੱਲ ਜਾਂਦੀਆਂ ਵੀ ਲੱਖਾਂ ਕਿਸੇ ਨੈਸ਼ਨਲ ਹਾਈਵੇ ਦੇ ਜਿਹੜੇ ਠੇਕੇਦਾਰ ਨੂੰ ਸੜਕਾਂ ਦੇ ਨੂੰ ਸਾੜਨ ਦੀ ਧਮਕੀ ਦਿੰਦਾ, ਮਾਰਨ ਦੀ ਧਮਕੀ ਦਿੰਦਾ, ਅੱਗ ਨਾਲ ਮਚਾਉਣ ਦੀ ਧਮਕੀ ਦਿੰਦਾ, ਮੀਡੀਆ ਟ੍ਰਾਇਲ ਤੋਂ ਪਹਿਲੇ ਚੱਲ ਪੈਂਦਾ। ਸੋ ਮੈਂ ਸਿੱਧੇ ਰੂਪ ਦੇ ਵਿੱਚ ਇੱਕ ਗੱਲ ਕਹਿਣਾ ਚਾਹੁੰਦਾ, ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਵੀ ਜਿੰਨਾ ਚਿਰ ਇਹ ਸਾਹ ਚੱਲਦੇ ਨੇ, ਜਿੰਨਾ ਚਿਰ ਲੱਖਾ ਜਾਂਦਾ, ਇਹ ਆਵਾਜ਼ ਇਸ ਤਰ੍ਹਾਂ ਹੀ ਬੁਲੰਦ ਰਹਿਣੀ। ਤੂੰ ਪਹਿਲਾਂ ਵੀ ਕੋਸ਼ਿਸ਼ਾਂ ਕਰ ਲਈਆਂ, ਪਹਿਲਾਂ ਸਾਡੇ ਹੋਰ ਸਾਥੀਆਂ ਦੇ ਵੀ ਕੋਸ਼ਿਸ਼ਾਂ ਕਰ ਲਈਆਂ, ਪਰਚੇ ਦੇ ਕੇ ਦਬਾਉਣ ਦੀਆਂ ਕੋਸ਼ਿਸ਼ਾਂ, ਕੁੱਟਾਂ ਮਾਰਾਂ, ਮੇਰੇ ਤੇ ਕਿੱਡਾ ਵੱਡਾ ਇਲਜ਼ਾਮ, ਜਿਹੜਾ ਬੰਦਾ 10 ਸਾਲ ਤੋਂ ਨਸ਼ਿਆਂ ਖਿਲਾਫ਼ ਚਿੱਟਿਆਂ ਖਿਲਾਫ਼ ਲੜਦਾ, ਉਹਦੇ ਉੱਤੇ ਚਿੱਟਾ ਵੇਚਣ ਦਾ ਪਰਚਾ। ਪਤਾ ਨਹੀਂ FIR ਦਰਜ ਹੋ ਗਈ ਕਿ ਹੋਣੀ ਆ, ਇਹਦਾ ਕੀ ਬਣਨਾ, ਜਾਂ ਇਹ ਕਿਸ ਤਰੀਕੇ ਨਾਲ ਮੈਨੂੰ ਇਹਦੇ 'ਚ ਰਝਾਉਣ ਦੀ ਕੋਸ਼ਿਸ਼ ਕਰਨਗੇ। ਇਸ ਕਰਕੇ ਮੈਂ ਪਹਿਲਾਂ ਆਪਣਾ ਪੱਖ ਜਿਹੜਾ ਉਹ ਮੀਡੀਆ ਸਾਹਮਣੇ ਰੱਖਿਆ ਵੀ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਵੀ ਮੈਂ ਕਿੱਥੇ ਆਇਆ, ਮੈਂ ਕਿਹਨੂੰ ਸਾੜਨ ਦੀ ਧਮਕੀ ਦਿੱਤੀ ਆ, ਕਿਹਨੂੰ ਮਾਰਨ ਦੀ ਧਮਕੀ ਦਿੱਤੀ ਆ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕੋ, ਇੱਥੇ ਜਿਹੜੇ ਤੁਹਾਡੇ ਹੱਕਾਂ ਦੀ, ਪੰਜਾਬ ਦੀ, ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ, ਉਹਨਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਇਹ ਜੇਲ੍ਹਾਂ 'ਚ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਉਹਨਾਂ ਨੂੰ ਮਰਵਾਇਆ ਵੀ ਜਾ ਰਿਹਾ। ਜਿਵੇਂ ਕਿ ਸਾਡੇ ਨੌਜਵਾਨ ਪਹਿਲਾਂ ਵੀ ਡਿਬਰੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਪਿਛਲੇ 1.5 ਸਾਲ ਤੋਂ ਬੰਦ ਨੇ, ਉਹਨਾਂ ਦੇ ਵਿੱਚੋਂ ਜਿੱਤ ਵੀ ਚੁੱਕੇ ਨੇ, ਲੋਕਾਂ ਦਾ ਫਤਵਾ ਵੀ ਉਹਨਾਂ ਦੇ ਹੱਕ 'ਚ ਆ ਚੁੱਕਿਆ, ਪਰ ਹਾਲੇ ਤੱਕ ਵੀ ਉਹਨਾਂ ਦੀ NSA ਦੇ ਵਿੱਚ ਜਿਹੜਾ ਵਾਧਾ ਹੋਇਆ, ਪੰਜਾਬ ਸਰਕਾਰ ਵੱਲੋਂ ਬਕਾਇਦਾ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਦਾਇਤਾਂ ਮੁਤਾਬਕ ਇੱਥੋਂ ਦੇ DC ਨੇ ਉੱਥੋਂ ਦੀ ਉਹ ਲਿਖ ਕੇ ਭੇਜਿਆ ਗ੍ਰਹਿ ਵਿਭਾਗ ਕੋਲੇ, ਸੈਂਟਰ ਕੋਲੇ ਵੀ ਇਹਦੀ NSA ਵਧਾਉਣ ਦੀ ਜਿਹੜੀ ਮਨਜ਼ੂਰੀ ਹੋਰ ਦਿੱਤੀ ਜਾਵੇ। ਸੋ ਇਹ ਜਿਹੜੀ ਮੈਂ ਵਾਰ ਵਾਰ ਕਹਿਣਾ ਹੈ ਕਿ ਇਸ ਪੰਜਾਬ ਦੇ ਮੁੱਖ ਮੰਤਰੀ ਦੇ ਅੰਦਰ ਬੇਅੰਤੇ ਗੁੱਚੜ ਦੀ ਰੂਹ ਪ੍ਰਵੇਸ਼ ਕਰ ਗਈ ਆ ਕਿ ਕਿਵੇਂ ਕਿਸ ਤਰੀਕੇ ਨਾਲ ਪੰਜਾਬ ਦੀਆਂ ਆਵਾਜ਼ਾਂ ਨੂੰ ਦੱਬਣਾ ਚਾਹੁੰਦੇ ਨੇ, ਕੁਚਲਣਾ ਚਾਹੁੰਦੇ ਨੇ। ਆ ਜਿਹੜੇ ਨਵੇਂ ਕਾਨੂੰਨ ਆਏ ਨੇ, ਇਹ ਕਹਿੰਦੇ ਬਸਤੀਵਾਦੀ ਕਾਨੂੰਨ ਅਸੀਂ ਖਤਮ ਕੀਤੇ ਆ, ਕਾਲੇ ਕਾਨੂੰਨ ਅਸੀਂ ਖਤਮ ਕੀਤੇ, ਅੰਗਰੇਜ਼ਾਂ ਦੇ ਕਾਲੇ ਕਾਨੂੰਨ, ਉਹਦੀ ਆੜ ਦੇ ਵਿੱਚ, ਕਾਨੂੰਨਾਂ ਦੇ ਵਿੱਚ ਇਹਨਾਂ ਨੇ ਇੰਨਾ ਕੁ ਸਖ਼ਤ ਕਰਤਾ ਕੰਮ ਵੀ ਕਿਵੇਂ ਪੂਰੇ ਦੇਸ਼ ਨੂੰ ਪੁਲਿਸ ਸਟੇਟ ਬਣਾਉਣਾ, ਕਿਵੇਂ ਪੁਲਿਸ ਨੂੰ ਪਾਵਰਾਂ ਦੇਣੀਆਂ, ਕਿਵੇਂ ਸੰਘਰਸ਼ਾਂ ਨੂੰ ਕੁਚਲਣਾ, ਉਹਦੀ ਇੱਕ ਉਦਾਹਰਨ ਤੁਹਾਨੂੰ ਦੱਸ ਦੇਣਾ, ਚਟਾਲੇ ਆਈ ਆ। ਚਟਾਲੇ ਦੇ ਵਿੱਚ ਕਿਸਾਨਾਂ ਨੇ ਗ੍ਰੈਡ ਬਿਜਲੀ ਬੋਰਡ ਦਾ ਘੇਰਿਆ ਵੀ ਸਾਨੂੰ ਸਾਡੇ ਟਰਾਂਸਫਾਰਮ ਸੜਿਆਂ ਨੂੰ 15 ਦਿਨ ਹੋ ਗਏ, ਤੁਸੀਂ ਕਿਉਂ ਨਹੀਂ ਦੇ ਰਹੇ? ਉਹਨਾਂ ਦੇ ਉੱਤੇ ਗ੍ਰੈਡ ਦੇ ਨੂੰ ਘੇਰਨ ਦੇ ਮਸਲੇ ਦੇ ਉੱਤੇ ਉਹਨਾਂ ਤੇ ਧਰਾਵਾਂ ਕਿਹੜੀਆਂ ਲਾਈਆਂ ਜਿਨ੍ਹਾਂ 'ਚ ਉਮਰ ਕੈਦ ਆ? ਜਾਣੇ ਇਹ ਇੱਕ ਇੱਕ ਤਰੀਕੇ ਨਾਲ ਹਰ ਆਵਾਜ਼ ਨੂੰ, ਜੇ ਕਿਸਾਨਾਂ ਦੀ ਆ, ਮਜ਼ਦੂਰਾਂ ਦੀ ਆ, ਮੁਲਾਜ਼ਮਾਂ ਦੀ ਆ, ਹੱਕ ਮੰਗਣ ਵਾਲੇ ਲੋਕਾਂ ਦੀ ਆ, ਉਹਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਕਾਨੂੰਨਾਂ ਤਹਿਤ ਇਹ ਕੁਚਲ ਦੇਣਾ ਚਾਹੁੰਦੇ ਆ। ਸੋ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਯਾਰ ਵੀ ਇਹੋ ਜਿਹੇ ਮਸਲਿਆਂ ਦੇ ਉੱਤੇ ਖੁੱਲ੍ਹ ਕੇ ਬੋਲੋ, ਖੁੱਲ੍ਹ ਕੇ ਆਪਣੇ ਲੋਕਾਂ ਨਾਲ ਖੜੋ, ਇਹਨਾਂ ਦਾ ਵਿਰੋਧ ਕਰੋ, ਸਵਾਲ ਪੁੱਛੋ। ਮੈਂ ਕਹਿੰਦਾ ਮੈਂ ਇਹ ਜਿਹੜੀਆਂ ਗੱਲਾਂ ਕਰਦੇ ਨੇ,
ਤੇ ਲੱਖਾ ਸਾੜਨ ਦੀ ਧਮਕੀ ਦਿੰਦਾ ਜੀ, ਲੱਖਾ ਉੱਥੇ ਆਇਆ ਜੀ। ਹੁਣ ਇਹਦੀ ਕੋਈ ਪੜਤਾਲ ਹੋਊਗੀ, ਕੋਈ ਜਾਂਚ ਹੋਊਗੀ, ਜਾਂ ਇੱਕ ਇੱਕ ਲੁਕਵੇ ਰੂਪ ਚ ਕੋਈ ਐਫ ਆਈ ਆਰ ਦਰਜ ਕਰਕੇ ਰੱਖ ਲਈ ਜਾਊਗੀ ਵੀ ਲੋੜ ਪੈਣ ਤੇ? ਇਹ ਮੁੱਲਾਂਪੁਰ ਦਾ ਦੱਸਿਆ ਜਾ ਰਿਹਾ, ਲੁਧਿਆਣੇ ਦਾ ਜੋ ਇਹਦੇ ਚ ਆ ਰਿਹਾ। ਮੈਂ ਇਹ ਤੋਂ ਸੁਣਿਆ ਵੀ ਇਹਦੇ ਚ ਵੀ ਲੱਖੇ ਦੇ ਖਿਲਾਫ ਲੱਖਾ ਉੱਥੇ ਠੇਕੇਦਾਰਾਂ ਨੂੰ ਸਾੜਨ ਆਇਆ, ਧਮਕੀ ਦੇ ਕੇ ਗਿਆ, ਭੂ ਮਾਫੀਆ ਵੀ ਬਣਾਤਾ ਮੈਨੂੰ, ਜਿਵੇਂ ਪਹਿਲਾਂ ਸਮਗਲਰ ਬਣਾਉਣ ਦੀਆਂ ਕੋਸ਼ਿਸ਼ਾਂ, ਨਸ਼ਾ ਤਸਕਰ ਬਣਾਉਣ ਦੀਆਂ ਕੋਸ਼ਿਸ਼ਾਂ, ਹੁਣ ਭੂ ਮਾਫੀਆ ਨਾਲ ਜੋੜਤਾ। ਜਾਣੀ ਜੇ ਕਣਸ ਇਹ ਕਿੱਡਾ ਵੱਡਾ, ਮੈਂ ਮੀਡੀਆ ਨੂੰ ਕਹਿਣਾ ਚਾਹੁੰਦਾ, ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਬੰਦੇ ਦੀ ਛਵੀ, ਬੰਦਾ ਆਪਣੀ ਛਵੀ ਨੂੰ ਸੁਧਾਰਦਿਆਂ ਸੁਧਾਰਦਿਆਂ ਕਈ ਦਹਾਕੇ ਲੱਗ ਜਾਂਦੇ, ਕਿਤੇ ਉਮਰ ਲੰਘ ਜਾਂਦੀ ਆ। ਇੱਕ ਮਿੰਟ ਲਾਉਂਦੇ ਹੋ ਤੁਸੀਂ ਬੰਦੇ ਦੇ ਉੱਤੇ, ਇੱਕ ਇੰਨੇ ਚਰਚ ਅਟੈਕ ਕਰ ਦੇਣਾ ਵੀ ਇਹ ਬੰਦਾ ਗੈਂਗਸਟਰ ਆ ਜੀ। ਮੈਨੂੰ ਤਾਂ ਹੁਣ ਤੱਕ ਵੀ, ਹੁਣ ਪਹਿਲਾਂ ਗੈਂਗਸਟਰ, ਹੁਣ ਸਾਬਕਾ ਗੈਂਗਸਟਰ ਕਹਿਣ ਲੱਗ ਗਏ। ਇਹ ਵੀ ਕੋਈ ਇਹ ਚ ਵੀ ਸਾਬਕਾ ਹੁੰਦੇ ਹੁੰਦੇ ਆ, ਮੇਰੇ ਹੈਰਾਨ ਇਸ ਗੱਲੋਂ। ਤਿੰਨ ਚੋਣਾਂ ਮੈਂ ਲੜ ਲਈਆਂ, ਦੋ ਵਿਧਾਨ ਸਭਾ ਦੀਆਂ, ਇੱਕ MP ਦੀ ਚੋਣ ਮੈਂ ਲੜੀ। ਪਰ ਅੱਛਾ ਫਤਵਾ ਵੀ ਸੋਹਣਾ ਮਿਲਿਆ, 84,000 ਵੋਟ ਵੀ ਲੋਕਾਂ, 84,000 ਬੰਦੇ ਨੇ ਤਾਂ ਫਤਵਾ ਦਿੱਤਾ ਨਾ ਮੇਰੇ ਹੱਕ ਚ। ਇਸ ਕਰਕੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਰੂਪ ਚ ਚੈਲੰਜ ਮੰਨ ਲਓ, ਚੁਣੌਤੀ ਮੰਨ ਲਓ ਵੀ ਇਹ ਵਾਰੀ ਵਾਰੀ ਰਈਆ ਬਣਾਉਂਦੇ, ਵੇਟ ਨੂੰ ਮੈਨੂੰ ਚੱਕ ਕੇ ਇੱਕ ਵਾਰੀ ਕੋਈ NSA UAPA ਲਾ ਕੇ ਅੰਦਰ ਹੀ ਸਿੱਟ ਦਿਓ। ਤੂੰ ਕਦੇ ਕਿਸੇ ਤਰੀਕੇ ਨਾਲ ਮੈਨੂੰ ਘੇਰਨ ਦਾ ਯਤਨ ਕਰਦਾ, ਕਦੇ ਕਿਸੇ ਤਰੀਕੇ ਨਾਲ ਘੇਰਨ ਦਾ ਯਤਨ ਕਰਦਾ, ਜਾਂ ਮੇਰਾ ਕਸੂਰ ਕੱਢੋ, ਮੈਂ ਕਿੱਥੇ ਗਿਆ, ਮੈਂ ਕਿੱਥੇ ਕਿਸੇ ਨੂੰ ਸਾੜਨ ਗਿਆ, ਕਿਸੇ ਨੂੰ ਮਾਰਨ ਗਿਆ, ਕਿਸੇ ਨੂੰ ਧਮਕੀ ਦੇਣ ਗਿਆ, ਤੀਜੇ ਦਿਨ ਕੋਈ ਨਾ ਕੋਈ। ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਸੇ ਤਰੀਕੇ ਨਾਲ ਇਹ ਬੁੱਢੇ ਦਰਿਆ ਵਾਲੇ ਮਸਲੇ ਦੇ ਕਰਕੇ ਮੈਨੂੰ ਇਹਨਾਂ ਨੂੰ ਕੋਸ਼ਿਸ਼ ਆ ਵੀ ਉਦੋਂ ਪਹਿਲਾਂ ਨੂੰ ਘੇਰਿਆ ਜਾਵੇ ਤੇ ਕੋਈ ਪਰਚਾ ਦਿੱਤਾ ਜਾਵੇ, ਇਹਨੂੰ ਦਬਾਇਆ ਜਾਵੇ, ਜੇਲ੍ਹ ਜੇਲ੍ਹ ਚ ਬੰਦ ਕੀਤਾ ਜਾਵੇ। ਨਾ ਉਸ ਤਾਂ ਮੈਂ ਕਹਿੰਦਾ ਮੈਂ ਜਾਣਦਾ ਤੱਕ ਨੀ ਕਿਸੇ ਨੂੰ, ਕੌਣ ਸ਼ਿਕਾਇਤ ਕਰਤਾ ਮੈਂ, ਕੋਈ ਤਾਂ ਹੋਊਗਾ ਨਾ, ਕੁਛ ਤਾਂ ਹੋਊਗਾ, ਮੇਰੀ ਫੋਨ ਦੀ ਕੋਈ ਉਹਨਾਂ ਕੋਲ ਮੈਂ ਫੋਨ ਕੀਤਾ ਹੋਊ, ਕੋਈ ਮੇਰੀ ਲੋਕੇਸ਼ਨ ਹੋਊ ਉੱਥੋਂ ਦੀ, ਕੋਈ ਉੱਥੋਂ ਦੀ ਫੋਟੋ ਹੋਊ, ਕੋਈ ਵੀਡੀਓ ਕੁਛ ਤਾਂ ਹੋਊ। ਐਨਾ ਕੱਲ ਨੂੰ ਕੋਈ ਵੀ ਉੱਠ ਕੇ ਕਹਿ ਦੇਗਾ ਵੀ ਲੱਖੇ ਨੇ ਬਲਾਤਕਾਰ ਕਰਤਾ ਜੀ, ਕੋਈ ਕੱਲ ਨੂੰ ਉੱਥੇ ਬੁੜੀ ਉੱਠ ਕੇ ਜਾਣ ਵਾਲਾ ਲੱਖੇ ਨੇ ਮੇਰੀ ਬਾਂਹ ਫੜ ਲਈ ਜੀ। ਘੱਟੋ ਘੱਟ ਮੈਂ ਕਹਿੰਦਾ ਮੀਡੀਆ ਦੇ ਵਿੱਚ ਗੱਲ ਚੱਲਣ ਤੋਂ ਪਹਿਲਾਂ ਇਹਦੀ ਪੜਤਾਲ ਤਾਂ ਹੋਣੀ ਚਾਹੀਦੀ ਹੈ। ਮੰਨ ਲਓ ਕੋਈ ਬੰਦਾ ਮੇਰੇ ਖਿਲਾਫ਼ ਜਾਂ ਕਿਸੇ ਬੰਦੇ ਦੇ ਖਿਲਾਫ਼ ਜਾ ਕੇ ਕੋਈ ਦਰਖਾਸਤ ਦਿੰਦਾ, ਕੋਈ ਅਰਜ਼ੀ ਦਿੰਦਾ, ਤੇ ਉਹਦੀ ਪੜਤਾਲ ਹੋਣ ਤੋਂ ਬਾਅਦ ਹੀ ਉਹ ਮੀਡੀਆ 'ਚ ਗੱਲ ਹੋਣੀ ਚਾਹੀਦੀ, ਭਾਈ ਆਹ ਦਰਖਾਸਤ ਆ, ਇਹ ਪੜਤਾਲ ਹੋਈ, ਇਹ ਫਲਾਣੇ ਫਲਾਣੇ ਬੰਦੇ ਪਾਏ ਗਏ ਆ। ਹੁਣ ਇਹ ਪਤਾ ਨਹੀਂ FIR ਹੋ ਗਈ ਹੋਣੀ ਆ, ਕਿਤੇ ਕਿਤੇ ਹੋਣੀ ਹੈ ਪਤਾ ਨਹੀਂ, ਪਰ ਇਹ ਦੱਸਿਆ ਜਾ ਰਿਹਾ ਵੀ DGP ਨੇ ਆਪਣੇ ਗ੍ਰਹਿ ਵਿਭਾਗ ਵੱਲੋਂ ਜਿਹੜਾ ਨਿਰਦੇਸ਼ ਜਾਰੀ ਹੋ ਗਿਆ, DGP ਨੂੰ ਕਹਿੰਦੇ ਇਹਦੇ ਕਾਰਵਾਈ ਕਰੋ, ਇਹਦੇ ਪਰਚੇ ਦੇ ਪਰਚਾ ਦੇ ਦਿਓ ਇਹ ਮਸਲੇ ਤੇ। ਤੇ ਮਸਲਾ ਹੈ ਕਿ ਕਿਹਦੇ ਨਾਲ ਜੁੜਿਆ, ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਚੱਕੇ ਨਾਲ ਲਿਜਾ ਦੇਣਗੇ, ਇੱਥੇ ਕਿਹੜਾ ਫਿਰ ਕਾਨੂੰਨ ਆ, ਕਿਹੜਾ ਇਨਸਾਫ਼ ਆ? ਆਮ ਤੌਰ ਤੇ ਭਗਵੰਤ ਮਾਨ ਨੇ ਗੱਲਾਂ ਕਰਦਾ ਰਿਹਾ ਵੀ ਇੱਥੇ ਅਸੀਂ ਇਨਸਾਫ਼ ਦੀ ਗੱਲ ਕਰਾਂਗੇ, ਅਸੀਂ ਕਿਸੇ ਨਾਲ ਵਧੀਕੀ ਨਹੀਂ ਕਰਾਂਗੇ, ਜਾਤੀ ਨਹੀਂ ਕਰਾਂਗੇ, ਧੱਕਾ ਨਹੀਂ ਕਰਾਂਗੇ, ਕੋਈ ਨਜਾਇਜ਼ ਪਰਚਾ ਨਹੀਂ ਹੋਵਾਂਗੇ। ਆਹ ਮੇਰੇ ਨਾਲ ਕਈ ਵਾਰੀ ਹੋ ਗਈ, ਪੁਰਾਣੇ ਪਰਚੇ ਮੇਰੇ, ਜਿਹੜੇ ਮੇਰੇ ਪਰਚਿਆਂ ਦੇ ਵਿੱਚ ਮੇਰੀਆਂ ਕੈਂਸਲੇਸ਼ਨਾਂ ਭਰੀਆਂ ਗਈਆਂ, ਰੱਦ ਹੋ ਚੁੱਕੇ ਆ, ਖਰਾਜ ਰਿਪੋਰਟਾਂ ਭਰੀਆਂ ਗਈਆਂ ਥਾਣਿਆਂ ਵੱਲੋਂ, 2 ਕੋਰਟ ਹੋ ਗਏ, ਅਦਾਲਤਾਂ 'ਚ ਚਲਾਨ ਪੇਸ਼ ਹੋ ਗਏ, ਉਹਨਾਂ ਪਰਚਿਆਂ ਨੂੰ ਇਹਨਾਂ ਨੇ ਰੀਇਨਵੈਸਟੀਗੇਸ਼ਨ ਕਰਨ ਦੇ ਚੱਕਰ 'ਚ ਦੁਬਾਰਾ ਚਲਾਨ ਦੇ ਦਿੱਤੇ ਮੇਰੇ ਪਰਚਿਆਂ 'ਚ। ਜਿਹੜਾ ਪਰਚਾ 2019 ਦੇ ਵਿੱਚ ਬਾਦਲ ਦੇ ਕੋਠੀ ਦਾ ਘਰਾਓ ਕੀਤਾ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ, ਸਰਕਾਰ ਸੀ ਕਾਂਗਰਸ ਦੀ, ਉਹ 307 ਦਾ ਪਰਚਾ, ਹਾਲਾਂਕਿ ਉਦੋਂ ਵੀ ਮੈਨੂੰ ਇਹਦਾ ਆਇਆ ਗਿਆ ਕਿ ਲੱਖਾ ਜੀ ਗੱਡੀ ਚਲਾ ਰਿਹਾ ਸੀਗਾ ਤੇ ਲੱਖ ਨੇ ਪੁਲਿਸ ਤੇ ਗੱਡੀ ਚਾੜਤੀ, 307 ਪੁਲਿਸ ਵਾਲਾ ਕੋਈ ਜ਼ਖਮੀ ਹੋ ਗਿਆ ਜੀ, ਮੈਂ ਨੇੜੇ ਤੇੜੇ ਵੀ ਨਹੀਂ, ਮੈਂ ਖੜਾ ਗੱਡੀ ਤਾਂ ਗੱਡੀ ਕੋਈ ਹੋਰ ਚਲਾ ਰਿਹਾ, ਗਏ ਆ ਉੱਥੇ ਘਰਾਓ ਕਰਨ ਬਾਦਲਾਂ ਦੀ ਕੋਠੀ ਦਾ। ਉਹਦੇ ਉਹ ਪਰਚਾ ਮੇਰਾ ਜਦੋਂ ਮੈਂ ਸਾਰੀ ਆਪਣੀ ਵੀਡੀਓ ਦਿਖਾਈਆਂ ਵੀ ਆ, ਦੇਖੋ ਜੀ ਮੈਂ ਕਿੱਥੇ ਆ, ਮੈਂ ਅਫਸਰਾਂ ਕੋਲੇ ਗਿਆ, ਮੈਂ ਦੱਸੋ ਮੈਂ ਕਿਤੇ ਦੇਖਦਾ,
ਤਾਂ ਉਹਦੇ ਵਿੱਚ ਮੇਰੀ ਜਾਂਚ ਹੋਈ ਤਾਂ ਮੈਨੂੰ ਜਾਂਚ 'ਚ ਉਹਨਾਂ ਨੇ ਬਰੀ ਕੀਤਾ, ਬੇਦੋਸ਼ੀ ਕਰਾਰ ਦਿੱਤਾ। ਉਹ ਵੀ ਮੇਰੀਆਂ ਦੁਬਾਰੇ ਉੱਥੋਂ ਅਦਾਲਤਾਂ 'ਚ ਵਾਪਸ ਕਰਾ ਕੇ ਸਾਰਾ ਉਹ ਦੁਬਾਰੇ ਚਲਾਣ ਦੇ ਰਹੇ ਨੇ। ਸਟੈਪ ਨਾ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਮੈਂ ਨਾ ਦਬਣ ਵਾਲਾ ਤੇ ਨਾ ਮੈਂ ਝੁਕਣ ਵਾਲਾ। ਭਗਵੰਤ ਨੂੰ ਵੀ ਕਹਿਣਾ ਤੂੰ ਇੱਕ ਛੱਡ 50 ਪਰਚੇ ਹੋਰ ਜਿਹੇ ਜਿਹੇ ਮਰਜ਼ੀ ਦਬਾ। ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਇਸ ਗੱਲ ਦੇ ਉੱਤੇ ਜੇ ਅੱਜ ਆਪਾਂ ਠੀਕ ਆਪਾਂ ਪਹਿਲਾਂ ਵੀ ਆਪਣੇ ਬੰਦਿਆਂ ਮਗਰ ਉਵੇਂ ਖੜੇ ਨੇ ਜਿਵੇਂ ਖੜਨਾ ਚਾਹੀਦਾ, ਜਿਹੜੇ ਸਾਡੇ ਲਈ ਗੱਲ ਕਰਦੇ ਆਪਾਂ ਉਹਨਾਂ ਲਈ, ਜਦੋਂ ਉਹ ਕੋਈ ਗੱਲਬਾਤ ਹੋ ਜਾਂਦੀ ਹੈ, ਕੋਈ ਪਰਚਾ ਹੋ ਗਿਆ, ਕੋਈ ਜੇਲ੍ਹ ਦਿੱਤਾ, ਆਪਾਂ ਚੁੱਪ ਹੋ ਜਾਂਦੇ ਹਾਂ। ਸਾਡਾ ਫਰਜ਼ ਬਣਦਾ ਵੀ ਅਸੀਂ ਘੱਟੋ ਘੱਟ ਜਦੋਂ ਮੈਂ ਕਹਿੰਦਾ ਮੈਂ ਖੁੱਲ੍ਹਿਆ ਪਰ ਜਦੋਂ ਮਰਜ਼ੀ ਫੜ ਲੈਣੇ, ਮੈਂ ਭੱਜਦਾ ਨਹੀਂ, ਮੈਂ ਭੱਜਾਂ ਤਾਂ ਮੈਂ ਚੋਰ ਹੋਵਾਂ, ਜਾਂ ਮੈਂ ਕਿਸੇ ਨੂੰ ਧਮਕੀ ਦਿੱਤੀ ਹੋਈ ਤਾਂ ਮੈਂ ਸਾੜੂੰਗਾ, ਮੈਂ ਤੈਨੂੰ ਮਾਰੂੰਗਾ, ਫੜ ਲਓ। ਲੋਕਾਂ ਨੂੰ ਕਹਿਣਾ ਵੀ ਉਦੋਂ ਤੁਸੀਂ ਕਿੱਥੇ ਹੋਵੋਗੇ ਜਿਹੜਾ ਅਸੀਂ ਘਰਾਂ 'ਚ ਬੈਠਣਾ। ਹੁਣ ਮੈਂ ਇਹ ਤੋਂ ਇੱਕ ਪਾਣੀ ਵਾਲਾ ਮੁੱਦਾ ਤੇ ਇੱਕ ਮੈਂ ਵੱਡਾ ਅਹਿਮ ਮੁੱਦਾ ਚੱਕਿਆ ਦਰਖਤਾਂ ਨੂੰ ਪੱਟਣ ਵਾਲਾ। ਸਰਕਾਰ ਬਣਾ ਰਹੀ ਹੈ ਜੀ ਵਣ ਮਹਾਂ ਉਤਸਵ, ਬੂਟੇ ਲਾਓ ਜੀ। ਮੁੱਖ ਮੰਤਰੀ ਸਾਹਿਬ ਅਪੀਲ ਕਰ ਰਹੇ ਨੇ, ਕੱਲ ਦੀ ਮੈਂ ਇੱਕ ਬਿਆਨ ਪੜਿਆ ਮੁੱਖ ਮੰਤਰੀ ਸਾਹਿਬ ਦਾ, ਕਹਿੰਦੇ ਜੀ ਹਰ ਇੱਕ ਖੇਤ ਦੇ ਵਿੱਚ ਮੋਟਰ ਤੇ 4 ਰੁੱਖ ਲੱਗਣੇ ਚਾਹੀਦੇ ਆ, ਤੇ ਨਹੀਂ ਫਿਰ ਮੈਂ ਸਖਤੀ ਕਰੂੰ, ਮੈਂ ਕਾਨੂੰਨ ਬਣਾਊ। ਪੰਜਾਬ ਦੇ ਮੰਤਰੀ ਬੂਟੇ ਲਾਈ ਜਾਂਦੇ ਆ, MLA ਦਰਖਤ ਲਾਈ ਜਾਂਦੇ ਆ, ਪਾਣੀ ਪਾਈ ਜਾਂਦੇ ਆ ਜੀ, ਫੋਟੋਆਂ ਖਿਚਾਈਆਂ ਜਾ ਰਹੀਆਂ, ਵੀਡੀਓ ਬਣਾਈਆਂ ਜਾ ਰਹੀਆਂ। ਦੇਖੋ ਜੀ ਮੰਤਰੀ ਦਰਖਤ ਲਾਉਂਦੇ ਫਿਰਦੇ ਆ, 26,000 ਦਰਖਤ ਕੱਟਿਆ ਜਾ ਰਿਹਾ ਸਰਹੰਦ ਤੋਂ ਲੈ ਕੇ ਪਟਿਆਲਾ ਸੜਕ ਦੇ ਉੱਤੋਂ। ਮੈਂ ਉੱਥੇ ਵੀ ਜਾ ਕੇ ਖੜਾ, ਮੈਂ ਕਿਹਾ ਜੀ ਦਰਖਤ ਵੱਢਣ ਨਹੀਂ ਦੇਣੇ। NGT ਨੇ ਪੰਜਾਬ ਸਰਕਾਰ ਨੂੰ 2 ਵਾਰੀ ਨੋਟਿਸ ਕੀਤਾ ਬਾਈ ਆਰਡਰ ਵੀ ਤੁਸੀਂ ਜਿੰਨਾ ਚਿਰ ਪਾਸੇ ਜ਼ਮੀਨ ਨਹੀਂ ਕਲੈਰ ਕਰਦੇ ਉਨਾ ਚਿਰ ਰੁੱਖ ਨਹੀਂ ਪੱਟ ਸਕਦੇ, ਪਾਸੇ ਜ਼ਮੀਨ ਕਲੈਰ ਕਰੋ, ਇਹ ਰੁੱਖ ਲਾਉਣ ਦਾ ਪ੍ਰਬੰਧ ਕਰੋ, ਸ਼ਰਤ ਬਣਾ ਦਿਓ, ਛੋਟੇ ਰੁੱਖ ਨੇ ਜਿਹੜੇ ਉਹਨਾਂ ਨੂੰ ਟ੍ਰਾਂਸਪਲਾਂਟ ਕਰੋ, ਇੱਥੋਂ ਖੁੱਕ ਕੇ ਹੋਰ ਕਿਤੇ ਲਾਓ। ਇਹ 2 ਹਦਾਇਤਾਂ NGT ਨੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਕੀਤੀਆਂ ਨੇ, ਉਹਦੇ ਬਾਵਜੂਦ ਇਹਨਾਂ ਨੇ ਰੁੱਖ ਵੱਢਣੇ ਸ਼ੁਰੂ ਕਰਤੇ। ਉੱਥੇ ਲੋਕਾਂ 'ਚ ਪ੍ਰਚਾਰ ਕਰਤਾ ਵੀ ਲੱਖਾ ਜਾਂ ਇਹਨਾਂ ਦੀ ਜਿਹੜੀ ਟੀਮ ਹੈ, ਸਾਡੀ ਟੀਮ ਹੈ ਕਾਲੇ ਪਾਣੀਆਂ ਦਾ ਮੋਰਚਾ ਟੀਮ ਬਣੀ, ਕਾਲੇ ਪਾਣੀਆਂ ਨੂੰ ਲੈ ਕੇ ਜਾਂ ਹੋਰ ਮੁੱਦਿਆਂ ਨੂੰ ਪੰਜਾਬ ਦਾ ਲੈ ਕੇ, ਉਹ 'ਚ ਮੇਰੇ ਨਾਲ ਬਾਈ ਅਮਤੋਤ ਸਿੰਘ ਮਾਨ ਵਰਗੇ ਨੇ, ਸਰ ਡਾਕਟਰ ਬੈਂਸ ਵਰਗੇ ਨੇ, ਜਸਕੀਰਤ ਵਰਗੇ ਨੇ, ਇੰਜੀਨੀਅਰ ਟਾਈਪ ਬੰਦੇ, ਡਾਕਟਰ ਟਾਈਪ ਬੰਦੇ, ਕਮਲ ਅਰੋੜਾ ਜੀ ਨੇ, ਇਹ ਕਹਿੰਦੇ ਜੀ ਇਹ ਟੀਮ ਵਿਕਾਸ ਦਾ ਵਿਰੋਧ ਕਰਦੀ ਆ ਵੀ ਜੇ ਇਹ ਸੜਕਾਂ ਬਣਾਉਣ ਸਰਕਾਰ ਤਾਂ ਇਹ ਰੋਕਦੇ ਆ, ਅਸੀਂ ਸੜਕਾਂ ਨਹੀਂ ਰੋਕਦੇ। 26,000 ਰੁੱਖ ਪੱਟੋਗੇ, ਪਾਸੇ ਜ਼ਮੀਨ ਨਹੀਂ ਕਲੈਰ ਕੀਤੀ, 26 ਵੀ ਨਹੀਂ ਲੱਗਣੇ ਉੱਥੇ, 0.32 ਜਿਹੜੀ ਐਵਰੇਜ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਰੁੱਖਾਂ ਦੀ ਹੈ, ਸਭ ਤੋਂ ਘੱਟ ਪੰਜਾਬ 'ਚ ਰੁੱਖ ਫਤਿਹਗੜ੍ਹ ਸਾਹਿਬ 'ਚ ਆ। ਆਪਾਂ ਐਤਕੀ ਜੀਵ ਨਿਕਲ ਗਈ ਪੰਜਾਬ ਦੇ ਲੋਕਾਂ ਦੀ ਵੀ ਮੀਂਹ ਨਹੀਂ ਪਿਆ, ਜੋ ਰੁੱਖ ਵੱਢੋਗੇ ਮੀਂਹ ਕਿੱਥੋਂ ਪੈਣਗੇ। ਇੱਕ ਪਾਸੇ ਸਰਕਾਰ ਡਰਾਮਾ ਕਰਦੀ ਹੈ ਵੀ ਰੁੱਖ ਲਾਓ ਅਸੀਂ ਕਾਨੂੰਨ ਬਣਾ ਰਹੇ, ਦੂਜੇ ਪਾਸੇ ਉਹੀ ਸਰਕਾਰ 26,000 ਰੁੱਖ ਵੱਢ ਰਹੀ ਹੈ, ਅਸੀਂ ਕਹਿੰਦੇ ਸੜਕ ਨੂੰ ਉਵੇਂ ਹੀ ਰਹਿਣ ਦਿਓ, ਬਰਾਬਰ ਜ਼ਮੀਨ ਅਕਵਾਇਰ ਕਰਕੇ ਸੜਕ ਹੀ ਹੋਰ ਬਣਾ ਦਿਓ, ਜਾਂ ਰੁੱਖ ਉਹਨਾਂ ਜ਼ਮੀਨ ਅਕਵਾਇਰ ਕਰਕੇ ਰੁੱਖ ਪਾਸੇ ਲਾ ਕੇ ਸੜਕ ਚੌੜੀ ਕਰ ਲਓ, ਕੋਈ ਨਹੀਂ ਰੋਕਦਾ। ਸੜਕਾਂ ਚੌੜੀਆਂ ਹੋਣੀਆਂ ਚਾਹੀਦੀਆਂ। ਹੁਣ ਜਿੰਨੀਆਂ ਨੈਸ਼ਨਲ ਹਾਈਵੇ ਅਥਾਰਟੀ ਨੇ ਆਪਣੇ ਬਠਿੰਡਾ ਜੀਰਕਪੁਰ ਸੜਕ ਜਾਂਦੀ ਹੈ, ਬਠਿੰਡਾ ਅੰਮ੍ਰਿਤਸਰ ਜਾਂਦੀ ਹੈ, ਦੋਨਾਂ ਪਾਸਿਆਂ ਦੇ ਰੁੱਖ ਲਾਏ ਉਹਨਾਂ ਨੇ, ਜ਼ਮੀਨ ਅਕਵਾਇਰ ਕੀਤੀ ਹੈ ਪਹਿਲਾਂ। ਉਹ ਇਹ ਇਹਨਾਂ ਨੂੰ ਪਤਾ ਵੀ ਇਹ ਜਿਹੜੇ ਮੁੱਦੇ ਚੱਕ ਰਿਹਾ ਇਹਨਾਂ ਮੁੱਦਿਆਂ ਦੇ ਵਿੱਚ ਜ਼ਿਆਦਾ ਦਾ ਧਿਆਨ ਭੜਕਾ ਦਿਓ, ਇੱਧਰ ਲਿਜਾ ਦਿਓ ਆਪੇ। ਹੁਣ ਮੰਨ ਲਓ ਉਲਝਣ ਵਾਲੀ ਗੱਲ ਹੈ, ਜੇ ਕੱਲ੍ਹ ਨੂੰ FIR ਦਿੰਦੇ ਆ ਤਾਂ ਮੈਂ ਤਾਂ ਉਲਝਦਾ, ਸਿਹਾਰਸ਼ ਕਰਨਾ ਪਊਗਾ ਵੀ ਇਸ ਤਰੀਕੇ ਨਾਲ ਜਾਂ ਲਿਜਾਈ ਰੱਖੋ ਜਾਂ ਇੱਕ ਵਾਰੀ ਨੂੰ ਬੰਦ ਕਰ ਦਿਓ। ਜਾਣੇ ਹਰ ਹੱਥਕੰਡਾ ਸਰਕਾਰ ਅਪਣਾ ਰਹੀ ਵੀ ਦੀ ਆਵਾਜ਼ ਕਿਵੇਂ ਬੰਦ ਕਰਨੀ। ਮੈਂ ਕੋਰਟ ਵੀ ਜਾਊਂਗਾ ਤੇ ਮੈਂ ਆਹ ਜਿਹੜੇ ਚੈਨਲਾਂ ਦੇ ਖਿਲਾਫ਼ ਵੀ ਜਾਊਂਗਾ, ਮਾਨਹਾਨੀ ਲਈ ਵੀ ਯਾਰ ਘੱਟੋ ਘੱਟ ਤੁਸੀਂ ਮੇਰਾ ਪੱਖ ਜਾਣਿਆ, ਤੁਸੀਂ ਖਬਰ ਚਲਾ ਤੀ ਮੈਨੂੰ ਭੂ ਮਾਫੀਆ ਨਾਲ ਜੋੜ ਰਹੇ ਹੋ, ਮੈਨੂੰ ਇੱਕ ਇਹ ਬਣਾ ਰਹੇ ਹੋ ਵੀ ਲੱਖਾਂ ਉੱਤੇ ਅੱਗ ਲਾਉਣ ਆ ਗਿਆ ਕਿਸੇ ਨੂੰ।
ਤੇ ਮੈਂ ਇਹ ਇਹ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ, ਸਭ ਤੋਂ ਵੱਡੀ ਅਦਾਲਤ ਮੈਂ ਲੋਕਾਂ ਨੂੰ ਮੰਨਦਾ, ਜਿੱਥੇ ਲੋਕ ਨੇ, ਲੋਕ ਲਹਿਰਾਂ ਬਣਦੀਆਂ ਨੇ, ਲੋਕ ਖੜਦੇ ਨੇ, ਉੱਥੇ ਸਰਕਾਰਾਂ ਪਿੱਛੇ ਹਟਦੀਆਂ ਨੇ। ਪਹਿਲਾਂ ਵੀ ਮੇਰਾ ਪਰਚਾ, ਜੇ ਨਾ ਲੋਕ ਖੜਦੇ ਤਾਂ ਮੈਨੂੰ ਚੱਕ ਕੇ ਬਣਾ ਕੇ NDPS ਚ ਸਮਾਗਰ ਅੰਦਰ ਦੇ ਦਿੰਦੇ। ਅੱਜ ਵੀ ਉਹੀ ਕੁਛ ਕਰ ਰਹੇ ਨੇ। ਹੁਣ ਨਵੀਂ ਕਹਾਣੀ, ਹੁਣ ਇਹ ਪਤਾ ਨੀ ਧਾਰਾ ਕਿਹੜੀ ਲਾਉਣਗੇ ਵੀ ਕਿਸੇ ਨੂੰ ਮਾਰਨ ਆ ਗਿਆ, ਸਾੜਨ ਆ ਗਿਆ, ਅੱਗ ਲਾਉਣ ਆ ਗਿਆ, ਖਬਰਾਂ ਕੀ ਕਹਾਣੀ ਬਣਾਉਣੀ ਇਹਨਾਂ ਨੇ। ਤੁਸੀਂ ਪਿਛਲੇ ਦਿਨ ਸੜਕਾਂ ਦਾ ਰੋਲ ਫਿਰਦਾ, ਸੜਕਾਂ ਦੇ ਮਸਲਿਆਂ ਤੇ ਤਾਂ ਮੈਂ ਰੋਜ਼ ਲੜ ਰਿਹਾ। ਮੈਂ ਤਾਂ ਇਹ ਵੀ ਕਹਿ ਰਿਹਾ ਲੋਕਾਂ ਨੂੰ ਵੀ ਸਾਨੂੰ ਜ਼ਮੀਨਾਂ ਨਹੀਂ ਵੇਚਣੀਆਂ ਚਾਹੀਦੀਆਂ ਜਿਹੜੀਆਂ ਅਸੀਂ ਜ਼ਮੀਨਾਂ ਵੇਚ ਰਹੇ ਹਾਂ। ਤੁਹਾਨੂੰ ਮੈਂ ਇੱਕ ਆਪਣੇ ਭੋਗੜਾ ਪਿੰਡ ਹੈ, ਉੱਥੇ ਕਲੋਨੀ ਦੇ ਵਿੱਚ ਕਿਸੇ ਨੇ 2 ਕਰੋੜ ਰੁਪਇਆ ਲਾਇਆ, ਕਿਸੇ ਨੇ 2.5 ਲਾਇਆ, ਕਿਸੇ ਨੇ 1.5 ਲਾਇਆ, ਕੋਠੀਆਂ ਪਾਈਆਂ ਲੋਕਾਂ ਦੇ ਬਹੁਤ ਸ਼ਾਨਦਾਰ, ਉਹ ਉੱਚੀ ਢਾਂਗਾਂ ਜਾ ਰਹੀਆਂ ਨੇ। ਕਿਸੇ ਨੇ 50 ਲੱਖ ਦਾ ਕਿੱਲਾ ਵੇਚਿਆ, ਕਿਸੇ ਨੇ 1.5 ਕਰੋੜ ਦਾ ਵੇਚਿਆ, ਕਿਸੇ ਨੇ 2.5 ਕਰੋੜ ਦਾ ਵੇਚਿਆ। ਉੱਥੇ ਕੋਈ ਰੌਲਾ ਪੈ ਗਿਆ ਤੇ ਮੈਂ ਉਹਨਾਂ ਬੰਦਿਆਂ ਕੋਲੇ ਵੱਗ ਗਿਆ। ਉਹ ਪਰਿਵਾਰਾਂ ਦੇ ਮੈਨੂੰ ਦੱਸਣ ਲੱਗ ਗਏ, ਪਰਿਵਾਰ ਇਕੱਠੇ ਹੋ ਕੇ ਕਹਿੰਦੇ ਬਾਈ ਅਸੀਂ ਝੋਲੇ ਭਰੀ ਫਿਰਦੇ ਹਾਂ, ਬੈਗ ਭਰੀ ਫਿਰਦੇ ਹਾਂ ਪੈਸਿਆਂ ਦੇ, ਇੱਥੋਂ ਜ਼ਮੀਨਾਂ ਵੇਚ ਕੇ, ਤੇ ਗਾਹਾਂ ਜ਼ਮੀਨ ਨਹੀਂ ਮਿਲਦੀ। ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੀਆਂ ਕਲੋਨੀਆਂ ਬਣ ਰਹੀਆਂ ਨੇ, ਇਹ ਕਲੋਨੀਆਂ ਦੇ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਕਲੋਨੀਆਂ ਸਾਡੀਆਂ ਜ਼ਰਖੇਜ਼ ਜ਼ਮੀਨਾਂ ਨੂੰ ਖਾ ਰਹੀਆਂ ਨੇ, ਸਾਡੀਆਂ ਉਪਜਾਊ ਜ਼ਮੀਨਾਂ ਨੂੰ ਖਾ ਰਹੀਆਂ ਨੇ। 1000 ਏਕੜ ਪੈਲੀ ਕਲੋਨੀਆਂ 'ਚ ਰੁਕ ਰਹੀ ਆ। ਤੁਸੀਂ ਇਹ ਹਿਸਾਬ ਲਾਓ, ਬਠਿੰਡਾ ਇੱਧਰੋਂ ਜੁੜ ਚੱਲਿਆ ਬਾਬਾ ਜੀ ਦੇ ਨਾਲ, ਇੱਧਰੋਂ ਮੁਕਤਸਰ, ਇੱਧਰੋਂ ਗੋਨੇਆਣਾ, ਆ ਭੁੱਚੋ ਰੁਕ ਗਿਆ, ਗੱਲ ਕਰ ਸਿਆਉਣੀ ਆ ਗਈ ਵਿਚਾਲੇ, ਅਤੇ ਗਾਂਹ ਚੱਲ ਪਓ ਬਰਨਾਲਾ ਆ ਗਿਆ ਉਰੇ ਨੂੰ, ਅਤੇ ਪਰੇ ਨੂੰ ਲੱਗ ਗਿਆ ਸਰੂਰ ਨਾਲ, ਸਾਰੇ ਸ਼ਹਿਰਾਂ ਨੇ ਐਂ ਜੁੜ ਜਾਣਾ। ਕਿੰਨੀ ਕੁ ਜ਼ਮੀਨ ਹੈ ਪੰਜਾਬ ਕੋਲ? 25,000 ਏਕੜ ਪੈਲੀ ਪੰਜਾਬ ਦੀ, ਜਿਹੜੀਆਂ ਸੜਕਾਂ ਬਣੀਆਂ ਉਹ 'ਚ ਰੁਕ ਗਈ। ਸੋ ਇਹ ਇਹਨੂੰ ਇਹ ਵਿਕਾਸ ਕਹਿ ਰਹੇ ਆ, ਵਿਕਾਸ ਨਹੀਂ ਕਹਿੰਦਾ ਮੈਂ, ਤਬਾਹੀ ਆ ਪੰਜਾਬ ਦੀ, ਵਿਨਾਸ਼ ਆ ਪੰਜਾਬ ਦਾ। ਸੋ ਮੈਂ ਇਹਨਾਂ ਮੁੱਦਿਆਂ ਨੂੰ ਲੈ ਕੇ ਰੋਜ਼ ਹੀ ਬੋਲਦਾ, ਰੋਜ਼ ਹੀ ਲੋਕਾਂ ਨੂੰ ਜਾਗਰੂਕ ਕਰਦਾ। ਇਹ ਚਾਹੁੰਦਾ ਇਹਨੂੰ ਲੱਗਦਾ ਵੀ ਇਹ ਬੰਦਾ ਰਹਿ ਗਿਆ, ਇਹਨੂੰ ਦੱਬ ਦਿਓ। ਤਾਂ ਮੈਂ ਲੋਕਾਂ ਨੂੰ ਕਹਿਣਾ ਭਰਾਵੋ, ਹੁਣ ਮੈਂ ਆਉਣ ਵਾਲੇ ਸਮੇਂ 'ਚ ਦੇਖਦਾ ਵੀ ਇਹ ਕੀ ਪਰਚਾ ਕਰਦੇ ਆ, ਕਾਹਦਾ ਕਰਦੇ ਆ। ਆਹ ਚੱਲ ਪਈ ਖਬਰ, ਹੁਣ ਪਤਾ ਲੱਗ ਜੂਗਾ। ਮੈਂ ਪਤਾ ਵੀ ਕਰਾਇਆ, ਦੱਸ ਨਹੀਂ ਰਿਹਾ ਕੋਈ, ਕਹਿ ਰਹੇ ਪਤਾ ਨਹੀਂ ਜਦ ਤਾਂ ਹੋਇਆ ਕਿ ਨਹੀਂ ਹੋਇਆ। ਹੁਣ ਜੇ DGP ਨੂੰ ਗ੍ਰਹਿ ਮੰਤਰਾਲੇ ਵੱਲੋਂ ਕੋਈ ਨਿਰਦੇਸ਼ ਆਇਆ ਵੀ FIR ਕਰੋ ਤੇ ਆਹ ਖਬਰਾਂ ਚੱਲ ਪਈਆਂ, ਤੇ ਕੋਈ ਨਾ ਕੋਈ ਇਹਦੇ 'ਚ ਕਹਾਣੀ ਹੈਗੀ ਹੈ। ਸੋ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਜਦੋਂ ਭਰਾਵੋ ਤੁਹਾਨੂੰ ਸੱਦਾ ਦੇਵਾਂਗਾ, ਹੋਕਾ ਮਾਰੂੰਗਾ, ਉਦੋਂ ਪੈਰ ਜੁੱਤੀ ਨਾ ਪਾਇਓ, ਤੇ ਮੈਂ ਤੁਹਾਡੇ ਖਾਤਰ, ਮੈਂ ਪੰਜਾਬ ਖਾਤਰ ਅਖੀਰਲੇ ਸਾਹ ਤੱਕ ਲੜਦਾ ਰਹਾਂਗਾ।